ਕੋਪੀ ਹਰਪ੍ਰੀਤ ਤੂੰ ਤੂੰ ਇੱਥੇ ਤੇ ਤੂੰ ਇੱਥੇ ਓਏ ਇਹੋ ਜਿਹਾ ਕੰਜਰ ਕਲੇਸ਼ ਤਾਂ ਮੇਰੇ ਘਰ ਵਾਲੀ ਬਹੁਤ ਪਾ ਕੇ ਰੱਖਦੀ ਹੈ, ਤਾਂ ਹੀ ਉਹਦੇ ਨਾਲ ਮੇਰੀ ਬਣਦੀ ਨਹੀਂ। ਸਾਰਾ ਦਿਨ ਸਿਆਪਾ ਪਾ ਕੇ ਰੱਖਦੀ ਹੈ। ਆ ਉਤਰੇ ਹੋਏ ਜਿਹੜੇ ਨਾ ਮੈਨੂੰ ਬਿਲਕੁਲ ਪਸੰਦ ਨਹੀਂ। ਤੈਨੂੰ ਪੂਰਾ 1,000 ਰੁਪਇਆ ਦੇਣਾ, 1,000। ਇੰਨਾ ਹੀ ਕੋਈ ਗੱਲ ਕਰਨੀ ਨਾ ਢੰਗ ਨਾਲ, ਤਾਂ ਚਲੀ ਜਾ। ਮੈਂ ਆਂਟੀ ਨੂੰ ਕਹਿ ਕੇ ਹੋਰ ਕੁੜੀ ਨੂੰ ਬੁਲਾ ਲਊਂਗਾ। ਆ ਕੀ 500 ਹੀ ਉਹ ਜਾ ਕੇ ਕਹਿ ਦੀ ਉਹਨੂੰ, ਕਹਦੇ 500 ਦਿੱਤਾ ਮੈਨੂੰ ਤਾਂ। ਮੈਨੂੰ ਪੂਰੇ ਪੈਸੇ ਦਿਓ, ਮੈਂ ਅੱਗੇ ਜਾ ਕੇ ਉਹਨਾਂ ਨੂੰ ਕੀ ਕਹਿਣਾ ਆ। ਲੈ ਚੱਲ, ਤੂੰ ਨਾ ਨਾਰਾਜ਼ ਹੋ। ਨਾਲੇ ਗੱਲ ਸੁਣ, ਮੈਨੂੰ ਨੰਬਰ ਤਾਂ ਦੇ ਦੇ ਤੇਰਾ। ਨਹੀਂ ਮੈਂ ਨੰਬਰ ਨਹੀਂ ਦੇ ਸਕਦੀ ਆਪਦਾ, ਅੱਜ ਪਤਾ ਨਹੀਂ ਕਿੱਦਾਂ ਦਾ ਆਊਗਾ। ਮੈਨੂੰ ਤਾਂ ਡਰ ਹੀ ਬੜਾ ਲੱਗੀ ਜਾਂਦਾ, ਕਿਤੇ ਕੋਈ ਪਿੰਡ ਦਾ ਵੀ ਨਾ ਦੇਖ ਲਈ। ਕਿੰਨਾ ਟਾਈਮ ਹੋ ਗਿਆ ਬੈਠੀ ਨੂੰ, ਹਜੇ ਤੱਕ ਕੋਈ ਨਹੀਂ ਆਇਆ। ਤੂੰ ਹੀ ਚੰਨੋ ਆ? ਹਾਂਜੀ। ਚੰਨੋ, ਇਹੋ ਜਿਹੀ ਕੁੜੀ ਆਂਟੀ ਨੇ ਆਖਿਆ ਸੀ ਨਾ, ਬਲਕਿ ਉਦੋਂ ਹੀ ਜ਼ਿਆਦਾ ਸੋਹਣੀ ਆ ਤੂੰ। ਕੀ ਗੱਲ, ਤੂੰ ਕੁਝ ਬੋਲ ਕਿਉਂ ਨਹੀਂ ਰਹੇ? ਕੀ ਬੋਲਾਂ ਜੀ ਮੈਂ? ਓਏ ਇਹੋ ਜਿਹਾ ਕੰਜਰ ਕਲੇਸ਼ ਤਾਂ ਮੇਰੇ ਘਰ ਵਾਲੀ ਬਹੁਤ ਪਾ ਕੇ ਰੱਖਦੀ ਹੈ, ਤਾਂ ਹੀ ਉਹਦੇ ਨਾਲ ਮੇਰੀ ਬਣਦੀ ਨਹੀਂ। ਸਾਰਾ ਦਿਨ ਸਿਆਪਾ ਪਾ ਕੇ ਰੱਖਦੀ ਹੈ। ਆ ਉਤਰੇ ਹੋਏ ਜਿਹੜੇ ਨਾ ਮੈਨੂੰ ਬਿਲਕੁਲ ਪਸੰਦ ਨਹੀਂ। ਤੈਨੂੰ ਪੂਰਾ 1,000 ਰੁਪਇਆ ਦੇਣਾ, 1,000। ਇੰਨਾ ਹੀ ਕੋਈ ਗੱਲ ਕਰਨੀ ਨਾ ਢੰਗ ਨਾਲ, ਤਾਂ ਚਲੀ ਜਾ। ਮੈਂ ਆਂਟੀ ਨੂੰ ਕਹਿ ਕੇ ਹੋਰ ਕੁੜੀ ਨੂੰ ਬੁਲਾ ਲਊਂਗਾ। ਨਹੀਂ, ਤੁਸੀਂ ਆਂਟੀ ਨੂੰ ਨਾ ਕਿਹੋ, ਜੇ ਉਹਨੂੰ ਪਤਾ ਲੱਗ ਗਿਆ ਉਹਨੇ ਮੈਨੂੰ ਕੰਮ ਤੋਂ ਹਟਾ ਦੇਣਾ। ਮੈਂ ਤਾਂ ਭੁੱਖੇ ਮਰਨ ਦੀ ਨੌਬਤ ਆ ਜੂ ਫਿਰ। ਚੱਲ ਫਿਰ, ਜੋ ਕੁਛ ਮੈਂ ਕਹਿਣਾ ਨਾ ਮੇਰੇ ਹਿਸਾਬ ਨਾਲ ਉਹ ਕਰੀ। ਚੱਲ ਤੂੰ ਮੈਨੂੰ ਖੁਸ਼ ਕਰ ਦੇ, ਤੈਨੂੰ 1,000 ਨਹੀਂ, ਤੈਨੂੰ ਮੈਂ ਪੂਰਾ 1,200 ਰੁਪਇਆ ਦੇ ਕੇ ਤੋਰੂੰਗਾ। ਸੱਚੀਓ ਤੂੰ ਬਹੁਤ ਖੁਸ਼ ਕਰਿਆ ਮੈਨੂੰ, ਅੱਜ ਮੈਂ ਬਹੁਤ ਖੁਸ਼ ਹਾਂ। ਆਂਟੀ ਕੋਲ ਗਿਆ ਤਾਂ ਬਹੁਤ ਵਾਰੀਆਂ ਮੈਂ, ਕੁੜੀਆਂ ਵੀ ਬਹੁਤ ਦੇਖੀਆਂ, ਪਰ ਤੇਰੇ ਵਰਗੀ ਕੁੜੀ ਜ਼ਿੰਦਗੀ 'ਚ ਪਹਿਲੀ ਵਾਰ ਹੀ ਮਿਲੀ ਹੈ ਮੈਨੂੰ। ਲੈ ਚੰਨੋ, ਆਹ ਤੇਰਾ 1,000 ਰੁਪਇਆ ਅਤੇ ਆਹ 500 ਰੁਪਇਆ ਤੇਰਾ ਨਾਮ। ਨਾਮ? ਹਾਂ। ਆਂਟੀ ਨੂੰ ਨਾ ਦੱਸਿਓ ਕਿ ਤੁਸੀਂ ਮੈਨੂੰ ਪੈਸੇ ਵੱਧ ਦਿੱਤੇ ਨੇ। ਉਹ ਤੂੰ ਇਹਦੇ ਗੱਲ ਦੀ ਟੈਨਸ਼ਨ ਨਾ ਲੈ, ਮੈਂ ਵੀ ਪੱਕਾ ਖੜਿਆ ਰਹੀ ਹਾਂ। ਨਾਲੇ ਇੱਕ ਗੱਲ ਹੋਰ, ਅੱਗੇ ਵਾਸਤੇ ਆਂਟੀ ਕੋਲੇ ਤੇਰੀ ਫਰਮਾਇਸ਼ ਕਰੂੰਗਾ ਮੈਂ, ਵੀ ਉਹਨੂੰ ਮੇਰੇ ਕੋਲੇ ਭੇਜੀ। ਪਰ ਸੱਚ ਚੰਨੋ, ਇੱਕ ਗੱਲ ਹੋਰ, ਮੈਨੂੰ ਇਹ ਦੱਸ ਤੂੰ ਆਹ ਕਿਹੜੇ ਕੰਮਾਂ 'ਚ ਪੈ ਗਈ? ਇਹ ਤਾਂ ਬੜੀ ਡੂੰਘੀ ਗੱਲ ਹੈ, ਜਿੱਦੇ ਕਦੇ ਟਾਈਮ ਲੱਗਿਆ ਉਦੇ ਦੱਸੂੰਗੀ। ਚਲ ਠੀਕ ਹੈ ਚੰਨੋ, ਤੈਨੂੰ ਹੁਣ ਮੈਂ ਛੱਡ ਕੇ ਆਵਾਂ। ਹਾਂਜੀ, ਮੈਨੂੰ ਛੱਡਿਓ। ਹਾਂਜੀ। ਉਹ ਖੜਜਾ ਮਗਰਾ ਖੜਜਾ। ਉਹ ਕਿਵੇਂ ਆ ਗੋਪੀ? ਵਧੀਆ, ਤੂੰ ਸੁਣਾ? ਠੀਕ ਹੈ? ਠੀਕ ਆ, ਠੀਕ ਆ, ਵਧੀਆ। ਬੜਾ ਖੁਸ਼ ਹੈ ਲੱਗਦਾ, ਅੱਜ ਭਾਬੀ ਨੇ ਵਧੀਆ ਸੇਵਾ ਕੀਤੀ ਹੈ। ਓਏ ਗੋਪੀ, ਆ ਤੇਰੀ ਭਰਜਾਈ ਦੀਆਂ ਗੱਲਾਂ ਛੇੜ ਕੇ ਨਾ ਮੂਡ ਨਾ ਖਰਾਬ ਕਰਿਆ ਕਰ। ਕਿਉਂ ਐਵੇਂ ਦਾ? ਕਿਉਂ?
ਨਾਲੇ ਤੈਨੂੰ ਚੰਗਾ ਭਲਾ ਪਤਾ ਸਾਰਾ ਦਿਨ ਤਾਂ ਲੜਦੀ ਰਹਿੰਦੀ ਆ ਉਹ। ਚੱਲ ਕੋਈ ਨਾ, ਖੁਸ਼ੀ ਦਾ ਰਾਜ ਤਾਂ ਦੱਸ ਦੇ। ਉਹ ਖੁਸ਼ੀ ਦਾ ਰਾਜ ਵੀ ਦੱਸ ਦਿੰਦਾ, ਆਂਟੀ ਦੇ ਅੱਡੇ 'ਤੇ ਨਾ ਇੱਕ ਨਵੀਂ ਕੁੜੀ ਆਈ ਆ, ਹੈਂ ਬਾਹਲੀ ਬਾਂਬਾ, 1000 ਰੁਪਇਆ ਦਿੱਤਾ ਦੁੱਖ ਤੋੜ 'ਤੇ। ਅੱਛਾ ਹਾਂ, ਸਾਲਿਆ ਪਰ ਮੈਨੂੰ ਵੀ ਦਰਸ਼ਨ ਕਰਾ ਦੇ ਕਦੇ। ਕੋਈ ਗੱਲ ਨਹੀਂ ਗੋਪੀ, ਨੰਬਰ ਲੈ ਲਿਆ ਹੁਣ ਮੈਂ ਉਹਦਾ। ਅੱਛਾ, ਜਦੋਂ ਕਹੇਗਾ ਦਰਸ਼ਨ ਕਰਾ ਦਾਂਗੇ। ਧਿਆਨ ਰੱਖੀ ਸਾਲਿਆ, ਮੁੱਕਰ ਨਾ ਜਾਈ। ਨਹੀਂ ਨਹੀਂ ਭਰਾ, ਤੂੰ ਆਪਣਾ ਤੇਰਾ ਖਿਆਲ ਨਾ ਰੱਖਾਂਗੇ ਫਿਰ ਰੱਖਾਂਗੇ ਕਿਹਦਾ। ਚੱਲ ਠੀਕ ਆ, ਮਿਲਦੇ ਹਾਂ। ਹਾਂ ਚੱਲਦਾ ਹੁਣ ਮੈਂ ਵੀ ਗੋਪੀ, ਠੀਕ ਹੈ। ਚੰਗਾ ਚੰਗਾ। ਸਾਲਾ ਮੱਗਰ ਦਾ ਵੀ ਔਖਾ ਹੈ, ਇੰਨੀ ਸੋਹਣੀ ਘਰ ਵਾਲੀ ਛੱਡ ਕੇ ਸਾਲਾ ਬਾਹਰ ਮੂੰਹ ਮਾਰਦਾ ਫਿਰਦਾ। ਪਰ ਮੱਗਰ ਵੀ ਕੀ ਕਰੇ, ਰੰਗ ਨੂੰ ਵੀ ਚੱਟਣਾ ਸਾਲਾ, ਜਦੋਂ ਗੱਲ ਹੀ ਨਹੀਂ ਸੁਣਦੀ ਵਿਚਾਰੇ ਦੀ। ਹੁਣ ਜਾਣਾ ਤਾਂ ਹੈ ਹੀ ਮੱਗਰ ਨੇ ਵਿਚਾਰੇ। ਚਲੋ ਹੋਰ ਤਾਂ ਪਤਾ ਨਹੀਂ, ਮੇਰਾ ਕੰਮ ਜ਼ਰੂਰ ਕਢਾਏਗਾ। ਜੈਲਿਆ, ਘਰ ਦੇ ਤਾਂ ਸਾਰੇ ਗਏ ਹੋਏ ਨੇ ਵਿਆਹ, ਅੱਜ ਮੌਕਾ ਹੈ, ਆਂਟੀ ਨੂੰ ਨਾ ਫੋਨ ਕਰੀਏ। ਹੈਲੋ, ਸਤਿ ਸ਼੍ਰੀ ਅਕਾਲ ਆਂਟੀ ਜੀ। ਹਾਂਜੀ ਹਾਂਜੀ ਹਾਂਜੀ, ਜੈਲਾ ਬੋਲਦਾ ਜੀ। ਹਾਂਜੀ, ਆਇਆ ਕੋਈ ਨਵਾਂ ਸਮਾਨ? ਅੱਛਾ ਜੀ, ਹੈ ਤਾਂ ਵਧੀਆ ਹੈ ਨਾ ਦੇਖਣ ਨੂੰ। ਅੱਛਾ ਜੀ, ਦੇਖੋ ਜੀ, ਤੁਹਾਡਾ ਪਰਸਨਲ ਗਾਹਕ ਹਾਂ ਮੈਂ, ਪੱਕਾ ਗਾਹਕ ਹਾਂ। ਹਰ ਵਾਰੀ ਆਪਣੀ 500 'ਚ ਗੱਲ ਹੁੰਦੀ ਹੈ, 500 ਦੇ ਦੂੰਗਾ ਮੈਂ। ਹਾਂਜੀ, ਚਲੋ ਠੀਕ ਹੈ ਜੀ, ਠੀਕ ਹੈ। ਦੇਖੋ ਜੀ, 1000 ਦੇ ਦਾਂਗੇ ਚਲੋ, ਪਰ ਚੀਜ਼ ਵਧੀਆ ਹੋਣੀ ਚਾਹੀਦੀ ਹੈ, ਇੱਕ ਨੰਬਰ। ਠੀਕ ਹੈ ਜੀ, ਠੀਕ ਹੈ, ਭੇਜ ਦਿਓ ਜੀ, ਬਸ ਉਹਨੂੰ ਡਰੈਸ ਦੇ ਦਿਓ, ਡਰੈਸ ਦਾ ਤੁਹਾਨੂੰ ਪਤਾ ਹੀ ਹੈ। ਠੀਕ ਹੈ ਜੀ, ਓਕੇ ਜੀ। ਲੈ ਵੀ ਜੈਲਿਆ, ਤੂੰ ਤਾਂ ਠਾ ਫਾਇਦਾ, ਖਾਲੀ ਪਿਆ ਸੀ ਘਰ ਵੀ, ਇੱਥੇ ਹੀ ਬੁਲਾ ਲੈਂਦੇ ਹਾਂ। ਆਂਟੀ ਨੇ ਘਰ ਤਾਂ ਆਹੀ ਦੱਸਿਆ ਸੀ, ਚੱਲ ਦੇਖਦੀ ਹਾਂ। ਆ ਗਈ ਤੂੰ? ਹਾਂਜੀ, ਬਹਿ ਜਾ। ਲੈ ਆਂਟੀ ਵੀ ਪੂਰੀ ਉਤਰਦੀ ਆ ਗੱਲ 'ਤੇ। ਤੇਰਾ ਨਾਮ ਕੀ ਹੈ? ਚੰਨੋ। ਚੰਨੋ, ਜਿੰਨਾ ਸੋਹਣਾ ਨਾਂ ਓਨੀ ਸੋਹਣੀ ਆਪ, ਲੈ ਬਹੁਤ ਸੋਹਣੀ ਹੈ। ਲੈ ਆਪਾਂ ਤਾਂ ਟਾਈਮ ਹੀ ਖਰਾਬ ਕਰੀ ਜਾਂਦੇ ਹਾਂ ਗੱਲਾਂ 'ਚ, ਉੱਧਰੋਂ ਚਾਹੇ ਘਰ ਦੇ ਆ ਜਾਣ। ਆ ਜਾਓ ਜੀ, ਚਲੀਏ। ਉਹ ਆ ਜਾ ਆ ਜਾ ਮੱਗਰਾ, ਕੀ ਹਾਲ ਹੈ? ਉਹ ਠੀਕ ਹੈ ਗੋਪੀ ਸਿਆ, ਤੂੰ ਸੁਣਾ ਕੀ ਹਾਲ ਆ? ਵਧੀਆ, ਕਿਵੇਂ ਕੀਤਾ ਸੀ ਫੋਨ? ਕਹਿੰਦਾ ਖੁਸ਼ਖਬਰੀ ਦੇਣੀ ਹੈ। ਓਏ ਖੁਸ਼ਖਬਰੀ ਉਹੀ ਚੰਨੋ ਵਾਲੀ? ਸੱਚੀ? ਅੱਜ ਕਰਦਾ ਤੇਰੇ ਦਿਲ ਦੀਆਂ ਰੀਝਾਂ ਪੂਰੀਆਂ ਮੈਂ। ਪੱਕੀ ਗੱਲ ਹੈ?
ਉਹ ਪੱਕੀ ਗੱਲ ਆ ਬਾਈ, ਅੱਜ ਘਰ ਦੇ ਹੈ ਨਹੀਂ ਘਰੇ। ਓਏ ਲਾਰਾ ਨਾ ਲਾ ਦੀ ਪਤੰਦਰਾ। ਓਏ ਲਾਰਾ ਨਹੀਂ ਲਾਉਂਦਾ, ਤੈਨੂੰ ਕਹਿਤਾ ਨਾ 8 ਵਜੇ ਆ ਜਾਈਂ ਘਰੇ। ਦੇਖ ਲੈ ਮੁੱਕਰ ਨਾ ਜਾਈਂ। ਨਹੀਂ ਮੁੱਕਰਦਾ ਭਰਾਵਾ, ਜਿਹੜੀ ਗੱਲ ਕਹਿਦੇ ਨਾ ਮਗਰ ਪਗਾ ਕੇ ਛੱਡਦਾ, ਕੁਛ ਹੀ ਹੋ ਜੇ। ਠੀਕ ਹੈ, ਚੱਲ ਠੀਕ ਹੈ, ਤੈਨੂੰ ਫੋਨ ਕਰੂੰਗਾ। ਇੱਕ ਗੱਲ ਹੋਰ, ਪੈਗ ਪੁੱਗ ਹੈ ਨਹੀਂ ਮੇਰੇ ਕੋਲ, ਲੈ ਆਈ ਭਰਾ ਬਣ ਕੇ। ਉਹ ਦੇਸੀ ਦੀ ਬੋਤਲ ਲੈ ਆਵਾਂਗਾ, ਟੈਨਸ਼ਨ ਨਾ ਲੈ। ਬਸ ਫਿਰ ਤੇਰੇ ਵਰਗਾ ਕਿਹੜਾ, ਮਿਲਦੇ ਆ ਫਿਰ ਸ਼ਾਮ ਨੂੰ। ਠੀਕ ਹੈ, 7:30 ਮਾਰਾਂਗਾ ਫੋਨ ਤੈਨੂੰ ਮੈਂ। ਕੋਈ ਗੱਲ ਨਹੀਂ ਬਾਈ, ਤੇਰਾ ਕੰਮ ਪੱਕਾ ਸਮਝ। ਚੱਲ ਠੀਕ ਹੈ, ਠੀਕ ਹੈ। ਮੱਗਰ ਨੇ ਨਾ ਸਵਾਦ ਹੀ ਲਿਆ ਤਾ, ਬੜੇ ਦਿਨ ਦੀ ਰੀਸ ਸੀ ਚੰਨੂ ਨੂੰ ਮਿਲਣ ਦੀ, ਮਿਲਦੇ ਹਾਂ ਫਿਰ। ਲੈ ਵੀ ਚੰਨੂ, ਅੱਜ ਤਾਂ ਖੁਸ਼ ਕਰਤਾ ਤੈਂ। ਚੰਗਾ ਜੀ, ਮੈਂ ਚੱਲਦੀ ਹਾਂ ਫਿਰ। ਆ ਕੀ 500 ਹੀ? ਉਹ ਜਾ ਕੇ ਕਹਿ ਦੀ ਉਹਨੂੰ, ਕਹਦੇ 500 ਦਿੱਤਾ ਮੈਨੂੰ ਤਾਂ। ਮੈਨੂੰ ਪੂਰੇ ਪੈਸੇ ਦਿਓ, ਮੈਂ ਅੱਗੇ ਜਾ ਕੇ ਉਹਨਾਂ ਨੂੰ ਕੀ ਕਹਿਣਾ ਆ। ਲੈ ਚੱਲ, ਤੂੰ ਨਾ ਨਾਰਾਜ਼ ਹੋ, ਨਾਲੇ ਗੱਲ ਸੁਣ, ਮੈਨੂੰ ਨੰਬਰ ਤਾਂ ਦੇ ਦੇ ਤੇਰਾ। ਨਹੀਂ ਮੈਂ ਨੰਬਰ ਨਹੀਂ ਦੇ ਸਕਦੀ ਆਪਦਾ। ਕੀ ਗੱਲ? ਉਹ ਜਿਹੜੇ ਆ ਬਚਣਗੇ ਤੈਨੂੰ ਹੀ ਬਚਿਆ ਕਰਨਗੇ ਸਾਰੇ ਪੈਸੇ, ਨਾਲੇ ਉਹਨੂੰ ਦਿੰਨੀ ਆ ਤੂੰ। ਜਿਹੜਾ ਕੁਛ ਕਰਮਾਂ 'ਚ ਹੋਇਆ ਉਹ ਤਾਂ ਮਿਲੇ ਜਾਣਾ ਆ, ਨਾਲੇ ਮੈਂ ਨੰਬਰ ਨਹੀਂ ਦੇਣਾ, ਕਿਉਂਕਿ 2 ਵਾਰੀ ਪਹਿਲਾਂ ਵੀ ਦਿੱਤਾ ਮੈਂ ਨੰਬਰ, ਉਹਨਾਂ ਨੇ ਗਾਹਾਂ ਆਂਟੀ ਨੂੰ ਦੱਸਤਾ, ਕੋਈ ਵਾਧੂ ਦਾ ਕਲੇਸ਼ ਪੈ ਜੂਗਾ, ਪਤਾ ਫਿਰ ਆਂਟੀ ਮੈਨੂੰ ਕੁੱਟਦੀ ਹੈ। ਚੱਲ ਮੈਂ ਤਾਂ ਐਂ ਕਹਿੰਦਾ ਸੀ ਵੀ ਜਿਹੜੇ ਪੈਸੇ ਉਹਨੂੰ ਦੇਵੇਗੀ ਉਹ ਤੈਨੂੰ ਵਾਜਿਆ ਕਰਨਗੇ, ਤੇਰੀ ਮਰਜ਼ੀ ਆ। ਚਲੋ ਮੈਂ ਚੱਲਦੀ ਹਾਂ ਜੀ। ਠੀਕ ਹੈ, ਚੰਗਾ। ਲੈ ਵੀ ਜੈ ਸਵਾਦ ਆ ਗਿਆ। ਚੰਨੂ ਤੇਰਾ ਨਾਂ ਤਾਂ ਬਹੁਤ ਸੁਣਿਆ, ਬੜੇ ਦਿਨਾਂ ਦੀ ਰੀਸ ਸੀ ਕਿ ਤੈਨੂੰ ਮਿਲਾਂਗਾ। ਮੱਗਰ ਬਹੁਤ ਤਾਰੀਫ ਕਰਦਾ ਤੇਰੀ, ਅੱਜ ਮੌਕਾ ਮਿਲ ਹੀ ਗਿਆ ਤੇਰੇ ਦਰਸ਼ਨ ਕਰਨ ਦਾ। ਕੋਪੀ ਹਰਪ੍ਰੀਤ, ਤੂੰ ਤੂੰ ਇੱਥੇ ਤੇ ਤੂੰ ਇੱਥੇ ਮੈਂ ਮਰ ਗਿਆ, ਆਸ ਤੋਂ ਚੰਗਾ ਮੈਨੂੰ ਯਾਰ ਦੇ ਦੇ। ਮੇਰੇ ਕੋਲ ਤਾਂ ਪੈਸੇ ਵੀ ਨਹੀਂ ਹੈਗੇ, ਨਹੀਂ ਤਾਂ ਮੈਂ ਜ਼ਹਿਰ ਖਰੀਦ ਲਿਆ ਵਾ। ਕੋਈ ਨਾ ਵੀਰੇ, ਤੂੰ ਹੌਸਲਾ ਰੱਖ, ਗੋਪੀ ਆਉਂਦਾ ਹੀ ਹੋਣਾ ਤੇਰੀ ਦਵਾਈਆਂ ਲੈ ਕੇ। ਮੇਰੇ ਰੱਬਾ, ਐਡੇ ਮਾੜੇ ਦਿਨ ਕਿਉਂ ਲਿਆਂਦੇ, ਮੈਂ ਆਪਦੇ ਭਰਾ ਦੀ ਦਵਾਈ ਤੱਕ ਨਹੀਂ ਲਿਆ ਸਕਦੀ। ਹਰਪ੍ਰੀਤ, ਆ ਦਵਾਈਆਂ ਲੈ ਕੇ ਆਇਆ ਮੈਂ। ਠੀਕ ਹੈ ਜੀ। ਕਿਵੇਂ ਹੁਣ? ਬਸ ਪਹਿਲਾਂ ਵਰਗੀ ਨੇ, ਕੁਛ ਨਹੀਂ ਫਰਕ ਪਿਆ। ਚੱਲ ਕੋਈ ਗੱਲ ਨਹੀਂ, ਡਾਕਟਰ ਕਹਿੰਦਾ ਸੀ, ਕਹਿੰਦਾ ਲਗਾਤਾਰ ਦਵਾਈ ਖਵਾਓ, ਠੀਕ ਹੋ ਜਾਣਗੇ। ਚਲੋ ਮੈਂ ਦਵਾਈ ਦੇ ਦਾਂ, ਇੰਨੇ ਤੁਸੀਂ ਉੱਧਰ ਖੜੋ, ਮੈਂ ਆਉਂਦੀ ਹਾਂ। ਠੀਕ ਹੈ। ਲੈ ਵੀਰੇ ਮੈਂ ਤੈਨੂੰ ਦਵਾਈ ਦਿੰਦੀ ਹਾਂ। ਹਰਪ੍ਰੀਤ ਟੈਨਸ਼ਨ ਨਾ ਲੈ, ਤੇਰਾ ਵੀਰਾ ਠੀਕ ਹੋ ਜਾਏਗਾ। ਬਸ ਪਰਮਾਤਮਾ ਅੱਗੇ ਇਹੀ ਇੱਕ ਅਰਦਾਸ ਹੈ ਕਿ ਵੀਰਾ ਛੇਤੀ ਠੀਕ ਹੋ ਜਾਏ। ਅਤੇ ਹਾਂ ਸੱਚ, ਆ ਮੈਂ ਚਾਂਦੀ ਦੀ ਚੈਨ ਬਣਵਾ ਕੇ ਲਿਆ ਸੀ ਤੇਰੇ ਵਾਸਤੇ। ਮੇਰੇ ਵਾਸਤੇ? ਹਾਂ ਬਹੁਤ ਸੋਹਣੀ ਹੈ,
ਨਾਂ ਵੀ ਮੇਰਾ ਹੀ ਪਵਾਇਆ। ਹਾਂ ਤੇ ਆ ਲੈ ਥੋੜੇ ਜਿਹੇ ਪੈਸੇ ਨੇ, ਇਹ ਰੱਖ ਲੈ, ਦਵਾਈਆਂ ਦੇ ਕੰਮ ਆ ਜਾਣਗੇ। ਸੱਚੀ ਜੇ ਤੁਸੀਂ ਨਾ ਆਉਂਦੇ ਤਾਂ ਪਤਾ ਨਹੀਂ ਕਿਵੇਂ ਟਾਈਮ ਲੰਘਣਾ ਸੀ। ਚੱਲ ਕੋਈ ਨਾ, ਇਹ ਤਾਂ ਮੇਰਾ ਫਰਜ਼ ਬਣਦਾ ਸੀ ਤੇ ਠੀਕ ਹੈ ਮੈਂ ਚੱਲਦਾ। ਕੋਈ ਨਾ ਚੱਲ ਦਿਓ, ਹੁਣ ਤਾਂ ਨਾ ਬਸ ਇੱਕੋ ਹੀ ਦਿਲ ਦੀ ਰੀਝ ਆ ਕਿ ਛੇਤੀ ਛੇਤੀ ਵੀਰਾ ਠੀਕ ਹੋ ਜੇ, ਫਿਰ ਆਪਾਂ ਦੋਵੇਂ ਵਿਆਹ ਕਰਾ ਲਈਏ। ਕੀ ਹਰਪ੍ਰੀਤ, ਵਿਆਹ? ਹਾਂਜੀ ਵਿਆਹ। ਹਰਪ੍ਰੀਤ ਮੈਂ ਤੇਰੇ ਨਾਲ ਵਿਆਹ ਨਹੀਂ ਕਰਾ ਸਕਦਾ। ਕਿਉਂ? ਤੈਨੂੰ ਪਤਾ ਨਾ ਮੇਰੇ ਬਾਪ ਦਾ, ਉਹਦਾ ਸੁਭਾਅ ਕਿਵੇਂ ਦਾ, ਉਹਦਾ ਮੈਨੂੰ ਜਾਨੋ ਮਾਰ ਦੂ। ਇਹ ਤਾਂ ਮੈਨੂੰ ਪਤਾ ਹੈ, ਅਸੀਂ ਗਰੀਬ ਹਾਂ ਤੁਸੀਂ ਅਮੀਰ ਹੋ। ਹਰਪ੍ਰੀਤ ਉਹ ਗੱਲ ਨਹੀਂ, ਮੈਂ ਇੱਕ ਤੇਰੇ ਵੀਰੇ ਕਰਕੇ ਤੇਰੀ ਹੈਲਪ ਕਰਦਾ, ਤੂੰ ਵਿਆਹ ਤੱਕ ਸੋਚ ਕਿਵੇਂ ਲਿਆ? ਉਹ ਜਿਹੜੇ ਆਪਣੇ ਦਿਨ ਬੀਤੇ ਸੀ ਉਹ ਕੀ ਸੀ? ਦੇਖ ਹਰਪ੍ਰੀਤ ਮੈਂ ਸਭ ਕੁਝ ਸਮਝ ਸਕਦਾ, ਤੂੰ ਸਭ ਕੁਝ ਭੁੱਲ ਜਾਓ, ਇੱਕ ਬੁਰਾ ਸੁਪਨਾ ਸੀ ਠੀਕ ਹੈ। ਅੱਜ ਤੋਂ ਬਾਅਦ ਉਮੀਦ ਨਾਲ ਲਈ ਕਿ ਮੈਂ ਤੈਨੂੰ ਕਦੇ ਮਿਲਾਂਗਾ। ਮੈਂ ਚੱਲਿਆ ਤੇ ਨਾ ਤੇਰੇ ਰਾਹ ਵਿੱਚ ਮੈਂ ਆਵਾਂ ਤੇ ਨਾ ਤੂੰ ਆਵੀਂ, ਆ ਗਈ ਸਮਝ? ਮੈਨੂੰ ਮਾਫ ਕਰ ਦੀ। ਗੋਪੀ ਤੈਨੂੰ ਯਾਦ ਆ ਨਾ ਤੂੰ ਮੈਨੂੰ ਧੋਖਾ ਦਿੱਤਾ ਸੀ। ਹਾਂ ਮੈਂ ਮੰਨਦਾ ਮੈਂ ਤੈਨੂੰ ਧੋਖਾ ਦਿੱਤਾ ਹੈ, ਪਰ ਇਹ ਤਾਂ ਨਹੀਂ ਮਤਲਬ ਕਿ ਆ ਗਲਤ ਰਸਤੇ 'ਤੇ ਤੁਰ ਪਓ। ਤੈਨੂੰ ਕੀ ਲੋੜ ਸੀ ਰਸਤੇ 'ਤੇ ਚੱਲਣ ਦੀ, ਦੱਸ ਮੈਨੂੰ। ਫਿਰ ਤੂੰ ਹੀ ਦੱਸ ਮੈਂ ਹੋਰ ਕੀ ਕਰਦੀ, ਇੱਕ ਗਰੀਬੀ, ਇੱਕ ਘਰ 'ਚ ਬਿਮਾਰੀ, ਇੱਕ ਕੋਈ ਸਾਥ ਨਾ, ਭਰਾ ਸੀ ਉਹ ਵੀ ਬਿਮਾਰ ਉਹ ਚੱਲ ਵਸਿਆ, ਤੇਰਾ ਸਾਥ ਸੀ ਤੂੰ ਵੀ ਮੈਨੂੰ ਧੋਖਾ ਦੇ ਗਿਆ, ਉਮਰਾਂ ਉਮਰਾਂ ਦੇ ਵਾਅਦੇ ਕਰਕੇ ਤੂੰ ਪਤਾ ਹੀ ਨਹੀਂ ਕਿੱਥੇ ਲੁੱਕ ਗਿਆ ਜਾ ਕੇ। ਜਦੋਂ ਮੈਨੂੰ ਕੋਈ ਸਹਾਰਾ ਨਾ ਮਿਲਿਆ, ਦਰ ਦਰ ਦੀਆਂ ਠੋਕਰਾਂ ਖਾਂਦੀ ਹੋਈ ਜਦੋਂ ਮੈਂ ਇੱਕ ਬੁੜੀ ਕੋਲੇ ਗਈ, ਉਹਨੇ ਵਿਚਾਰੀ ਨੇ ਮੈਨੂੰ ਗਾਹਾਂ ਪਾਰਲਰ 'ਤੇ ਲਾਇਆ। ਉਹ ਪਾਰਲਰ 'ਚ 4 ਦਿਨ ਦਾ ਬਹੁਤ ਸੋਹਣਾ ਕੰਮ ਕੀਤਾ। ਅਗਲੇ ਦਿਨ ਉਹਨੇ ਮੈਨੂੰ ਕਹਿੰਦੀ ਜਾ ਕੇ ਮੇਕਅਪ ਕਰਕੇ ਆਉਣਾ। ਮੈਂ ਚੱਲ ਹੋਣਾ ਮੇਕਅਪ, ਮੈਂ ਚਲੀ ਗਈ। ਮੈਨੂੰ ਕੀ ਪਤਾ ਸੀ ਕਿ ਅੱਗੇ ਕੀ ਕੁਛ ਹੁੰਦਾ। ਉੱਥੇ 3-4 ਮੁੰਡੇ ਜਿਨ੍ਹਾਂ ਨੇ ਮੇਰੇ ਨਾਲ ਜ਼ਬਰਦਸਤੀ ਕੀਤੀ, ਮੈਂ ਇਕੱਲੀ ਕੁਛ ਨਹੀਂ ਕਰ ਸਕਦੀ ਸੀ। ਉਹ ਦਿਨ ਤੋਂ ਲੈ ਕੇ ਆਹ ਦਿਨ ਆ ਗਿਆ, ਮੈਂ ਉਹ ਰਸਤੇ ਤੋਂ ਵਾਪਸ ਨਹੀਂ ਮੁੜ ਸਕੀ, ਜਾ ਕੇ ਨਹੀਂ ਮੁੜ ਸਕੀ। ਨਾਲੇ ਮੈਂ ਜਾਂਦੀ ਵੀ ਕਿੱਥੇ, ਮੇਰਾ ਕਿਹੜਾ ਕੋਈ ਇਸ ਦੁਨੀਆ 'ਤੇ ਹੈਗਾ ਸੀ, ਇੱਕ ਤੂੰ ਹੀ ਸੀ। ਤੂੰ ਵੀ ਮੈਨੂੰ ਟਾਈਮ ਨਾਲੇ ਪਿੱਠ ਦਿਖਾ ਗਿਆ। ਮੈਨੂੰ ਐਂ ਤਾਂ ਦੱਸ ਕਾਹਦੇ ਪਿੱਛੇ, ਮੈਂ ਇੱਕ ਗਰੀਬ ਸੀ ਇਸ ਪਿੱਛੇ, ਤੂੰ ਇੱਕ ਅਮੀਰ ਕਰਦਾ ਸੀ ਤਾਂ ਕਰਕੇ। ਹਰਪ੍ਰੀਤ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ,
ਮੈਨੂੰ ਮਾਫ ਕਰ ਦੇ। ਮੈਨੂੰ ਸਾਰੀ ਸਮਝ ਆ ਗਈ ਕਿ ਜਿਹੜੇ ਵੀ ਤੇਰੇ ਹਾਲਾਤ ਨੇ ਅੱਜ ਦੇ, ਇਹਦਾ ਜ਼ਿੰਮੇਵਾਰ ਸਿਰਫ ਮੈਂ ਹਾਂ। ਜੀ ਤਾਂ ਕਰਦਾ ਮੈਂ ਆਪਣੇ ਆਪ ਨੂੰ ਮਾਰ ਦੇਵਾਂ। ਤੂੰ ਤਾਂ ਇੱਕ ਮਾਫ਼ੀ ਮੰਗ ਕੇ ਸਾਰ ਲਿਆ, ਉਹ ਤੇਰੀ ਮਾਫ਼ੀ ਨਾਲ ਮੇਰੀ ਇੱਜ਼ਤ ਤਾਂ ਨਹੀਂ ਵਾਪਸ ਆਉਣੀ, ਉਹ ਦਿਨ ਨਹੀਂ ਵਾਪਸ ਆਉਣੇ ਜੋ ਆਪਣੇ ਪਹਿਲਾਂ ਸੀ। ਜਦੋਂ ਬੰਦੇ 'ਤੇ ਗਰੀਬੀ ਹੁੰਦੀ ਹੈ ਨਾ, ਉਦੋਂ ਬੰਦਾ ਸਭ ਕੁਛ ਕਰ ਜਾਂਦਾ। ਚੱਲ ਛੱਡ ਇਹਨਾਂ ਗੱਲਾਂ ਨੂੰ, ਹੁਣ ਮੈਂ ਤੇਰਾ ਮੂੰਹ ਨਹੀਂ ਸੀ ਦੇਖਣਾ, ਪਰ ਆ ਮਾੜੇ ਵਕਤ ਨੇ ਤੈਨੂੰ ਦੁਬਾਰੇ ਮੇਰੇ ਸਾਹਮਣੇ ਲਿਆ ਕੇ ਖਿਲਾ ਦਿੱਤਾ। ਤੂੰ ਚਲਾ ਜਾ ਇੱਥੋਂ, ਜੇ ਮੁੜ ਕੇ ਕਦੇ ਮੇਰੇ ਸਾਹਮਣੇ ਆ ਗਿਆ ਤਾਂ ਮੈਂ ਆਪਦੇ ਆਪ ਨੂੰ ਖਤਮ ਕਰ ਲੈਣਾ। ਚਲਾ ਜਾ ਮੇਰੀਆਂ ਅੱਖਾਂ ਦੇ ਸਾਹਮਣੇ। ਹਰਪ੍ਰੀਤ, ਅਜੇ ਵੀ ਕੁਝ ਨਹੀਂ ਹੁੰਦਾ, ਆਪਾਂ ਇੱਕ ਹੋ ਸਕਦੇ ਹਾਂ। ਹੁਣ ਹੋ ਸਕਦੇ ਹਾਂ ਆਪਾਂ ਇੱਕ? ਜਦੋਂ ਇੱਕ ਹੋਣ ਦਾ ਵੇਲਾ ਸੀ ਨਾ, ਉਦੋਂ ਤੂੰ ਮੈਨੂੰ ਇਕੱਲੀ ਨੂੰ ਛੱਡ ਕੇ ਚਲਾ ਗਿਆ। ਤੂੰ ਇੱਕ ਵਾਰੀ ਨਹੀਂ ਦੇਖਿਆ ਕਿ ਇਹਦੇ ਅੱਗੇ ਪਿੱਛੇ ਕੋਈ ਨਹੀਂ, ਇਹਨੂੰ ਮੈਂ ਕਿਹਦੇ ਸਾਰੇ ਛੱਡਦਾ? ਤੂੰ ਮੈਨੂੰ ਆਹ ਤਾਂ ਦੱਸ, ਤੂੰ ਮੈਨੂੰ ਕਿਹਦੇ ਪਿੱਛੇ ਛੱਡ ਕੇ ਗਿਆ ਸੀ? ਅੱਜ ਤੈਨੂੰ ਮੇਰਾ ਯਾਦ ਚੇਤਾ ਆ ਗਿਆ? ਤੂੰ ਜਾ, ਚੱਲ ਜਾ ਮੇਰੀ ਅੱਖਾਂ ਦੇ ਸਾਹਮਣੋਂ, ਮੁੜ ਕੇ ਕਦੇ ਮੇਰੀ ਅੱਖਾਂ ਦੇ ਸਾਹਮਣੇ ਨਾ ਆਈ। ਇਹ ਤੇਰੇ ਲਈ ਵੀ ਚੰਗਾ ਹੈ ਅਤੇ ਮੇਰੇ ਲਈ ਵੀ। ਚੱਲ ਠੀਕ ਹੈ ਹਰਪ੍ਰੀਤ, ਮੈਂ ਚੱਲਿਆ, ਜੇ ਜ਼ਿੰਦਗੀ ਰਹੀ ਤਾਂ ਦੁਬਾਰੇ ਫਿਰ ਮਿਲਾਂਗੇ। ਦੁਬਾਰੇ ਵਸਾ ਲਏਗਾ ਉਹ ਪਾਗਲਾ, ਜਿਹੜੀ ਔਰਤ ਇੱਕ ਵਾਰੀ ਬਦਨਾਮ ਹੋ ਜਾਏ ਨਾ, ਉਹ ਮੁੜ ਕੇ ਕਦੇ ਘਰ ਦੀ ਛਾਣ ਨਹੀਂ ਬਣਦੀ।